ਮੈਂ ਇਹ ਨਹੀਂ ਕਹਿੰਦਾ ਕਿ ਮੋਟਰ ਪਾਣੀ ਦੀ ਜ਼ਰੂਰਤ ਹੈ, ਪਰ ਪਾਣੀ ਕਿਹੜਾ? ਨਹਿਰੀ ਪਾਣੀ, ਪਾਣੀ ਕਿਹੜਾ ਜਿਹੜਾ ਦੇ ਦਿੱਤਾ ਗਿਆ ਹੋਰ ਨਾ ਸਿੱਟਾਂ ਸੀ, ਇੰਨੇ ਹੱਦ ਤੱਕ ਸਾਰਾ ਕੁਝ ਦੇਣਾ ਵੀ ਆ ਲਓ ਚੱਕੋ ਪਾਣੀ ਕੱਢੋ, ਚੱਕੋ ਇਹ ਕਰਕੇ ਕੱਢੋ। ਕਿਉਂ? ਕਿਉਂਕਿ ਜੇ ਅਸੀਂ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਤਾਂ ਪਾਣੀ ਦੀ ਲੋੜ ਆ, ਉਹ ਕਹਿਣਗੇ ਨਹਿਰੀ ਪਾਣੀ ਸਾਨੂੰ ਦੇ ਦਿਓ। ਨਹਿਰੀ ਪਾਣੀ ਅਸੀਂ ਦੇਣਾ ਨਹੀਂ ਚਾਹੁੰਦੇ। ਸਰਕਾਰ ਨੇ ਪਹਿਲਾਂ ਬਹੁਤ ਕੁਛ ਕਿਹਾ ਹੈ, ਕਿਹਾ ਬਹੁਤ ਕੁਛ ਹੈ, ਸੁਣਿਆ ਵੀ ਲੋਕਾਂ ਨੇ, ਤਾੜੀਆਂ ਵੀ ਮਾਰੀਆਂ ਨੇ, ਥਾਲੀਆਂ ਵੀ ਖੜਕਾਈਆਂ ਨੇ। ਵੈਸੇ ਗੱਲ ਕਹਿਣ ਦੀ ਲੋੜ ਨਹੀਂ, ਸਾਰਿਆਂ ਨੂੰ ਪਤਾ ਵੀ ਸਿਆਸੀ ਪਾਰਟੀ ਜਿਹੜੀ ਹੈਗੀ ਉਹਦੇ ਪਿੱਛੇ ਝੰਡਾ ਹੈ, ਉਹਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ। ਮੁੱਦਾ ਕੀ ਹੈ? ਉਹਨੂੰ ਮਤਲਬ ਹੈ ਕਿ ਮੇਰਾ ਝੰਡਾ ਨਜ਼ਰ ਆਉਣਾ ਚਾਹੀਦਾ, ਕਿ ਮੇਰਾ ਜਿਹੜਾ ਛਾਪ ਹੈ ਨਾ, ਜਿਹੜਾ ਉਹ ਚੋਣ ਨਿਸ਼ਾਨ ਲੋਕਾਂ ਦੇ ਦਿਮਾਗ 'ਚ ਛਪ ਜੇ, ਅਤੇ ਕੱਲ੍ਹ ਨੂੰ ਜਦੋਂ ਮੈਂ ਵੋਟਾਂ ਲੈਣ ਜਾਵਾਂ ਉਹਨਾਂ ਨੂੰ ਪਤਾ ਹੋਵੇ ਇਹ ਚੋਣ ਨਿਸ਼ਾਨ ਕਿੱਥੇ ਦੇਖਿਆ ਸੀ, ਉਹ ਕਿਸਾਨ ਯੂਨੀਅਨ ਉੱਥੇ ਧਰਨੇ 'ਚ ਦੇਖਿਆ ਸੀ। ਕਿਸਾਨੀ ਧਰਨਿਆਂ ਨੂੰ ਜਿੱਥੇ ਸਿੰਗਰਾਂ ਦਾ ਸਹਿਯੋਗ ਮਿਲ ਰਿਹਾ ਹੈ, ਉੱਥੇ ਉੱਥੇ ਰੰਗਮੰਚ ਦੇ ਕਲਾਕਾਰ ਵੀ ਇਸ ਸਿਆਸੀ ਪੜ ਦੇ ਵਿੱਚ ਆ ਨਿਤਰੇ ਨੇ। ਸਾਡੇ ਨਾਲ ਰੰਗਮੰਚ ਦੇ ਕਲਾਕਾਰ ਬਲਵਿੰਦਰ ਬੁਲਟ ਜੀ ਨੇ। ਬਾਈ ਜੀ, ਅੱਜ ਮੀਟਿੰਗ ਹੋਈ ਤੁਹਾਡੀ, ਸਭ ਤੋਂ ਪਹਿਲਾਂ ਮੀਟਿੰਗ ਵਿੱਚ ਕੀ ਖਾਸ ਰਿਹਾ? ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਜਿਹੜੇ ਸਾਡੇ ਸੰਘਰਸ਼ ਦੇ ਮਤਲਬ ਸਰਦਾਰ ਨੇ, ਜਥੇਦਾਰ ਨੇ, ਜਿਹੜੇ ਕਿਸਾਨ ਲੀਡਰ, ਕਿਸਾਨ 31 ਕਿਸਾਨ ਯੂਨੀਅਨਾਂ ਜਿਹੜੀਆਂ ਖੜੀਆਂ ਹੋਈਆਂ ਨੇ, ਜਿਨ੍ਹਾਂ ਦਾ ਇੱਕ ਇਤਿਹਾਸ ਹੈ, ਉਹਨਾਂ ਨੇ ਆਪਣੇ ਬੰਦੇ ਉਹਨਾਂ ਦੇ ਬੰਦੇ ਸ਼ਹੀਦ ਹੋਏ ਹੈ, ਡਾਂਗਾਂ ਖਾਧੀਆਂ ਨੇ, ਉਹਨਾਂ ਦੇ ਨਾਲ ਖੜਨਾ ਪਹਿਲੀ ਗੱਲ। ਦੂਜਾ, ਅਸੀਂ ਕਲਾਕਾਰਾਂ ਉਹ ਰਾਜਨੀਤਿਕ ਫਰੰਟ 'ਤੇ ਨੇ, ਅਸੀਂ ਉਹਨਾਂ ਦੀ ਸਪੋਰਟ ਕਿਵੇਂ ਕਰ ਸਕਦੇ ਹੋਈਏ? ਕਿਉਂਕਿ ਇਹ ਲੜਾਈ ਸਿਰਫ ਜ਼ਮੀਨ ਦੀ ਜਾਂ ਉਹਦੀ ਲੜਾਈ ਨਹੀਂ ਹੈਗੀ, ਇਹ ਲੜਾਈ ਹੈਗੀ ਹੈ ਕਲਚਰ ਦੀ, ਸੱਭਿਆਚਾਰ ਦੀ, ਜਿਹਦੇ 'ਚ ਇੱਕ ਇੱਕ ਚੀਜ਼ ਸ਼ਾਮਿਲ ਹੈਗੀ, ਜਿਹਦੇ 'ਚ ਸਾਡੀ ਕੁਦਰਤ ਸ਼ਾਮਿਲ ਹੈ, ਪਵਨ ਪਾਣੀ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤਾ, ਇਹ ਸਾਰੇ ਦੀ ਲੜਾਈ ਹੈਗੀ ਹੈ। ਅਤੇ ਇਹਦੇ ਵਿੱਚ ਸਾਡਾ ਫੈਸਲਾ ਇਹ ਹੋਇਆ ਕਿ ਅਸੀਂ ਸਾਰੇ ਕਲਾਕਾਰ ਉਹਨਾਂ 31 ਜਥੇਬੰਦੀਆਂ ਨੂੰ ਆਪੋ ਆਪਣੇ ਢੰਗ ਨਾਲ ਜਿੱਥੇ ਜਿੱਥੇ ਨਾਟਕ ਕਰ ਸਕਦੇ ਹਾਂ, ਡਾਕੂਮੈਂਟਰੀ ਬਣਾ ਸਕਦੇ ਹਾਂ, ਜਿਵੇਂ ਜਿਵੇਂ ਅਸੀਂ ਉਹਨੂੰ ਅਲੈਬੋਰੇਟ ਕਰ ਸਕਦੇ ਹਾਂ ਲੋਕਾਂ ਤੱਕ ਉਹ ਜਾਣਕਾਰੀ, ਸਹੀ ਜਾਣਕਾਰੀ, ਕਿਉਂਕਿ ਜਾਣਕਾਰੀ ਬਹੁਤ ਗੜਬੜ ਹੋ ਰਹੀ ਹੈ ਅਤੇ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਇੱਧਰ ਉੱਧਰ ਬੜੇ ਮਤਲਬ ਮਸਲੇ ਖੜ੍ਹੇ ਹੋ ਰਹੇ ਨੇ। ਪਰ ਕਿਉਂਕਿ ਲੋਕ ਸਿਆਣੇ ਆ, ਉਹਨਾਂ ਦੀਆਂ ਲੋੜਾਂ ਨੇ, ਉਹਨਾਂ ਨੂੰ ਪਤਾ ਹੈ ਕਿ ਕੌਣ ਸਹੀ ਹੈ, ਇਸ ਲਈ ਅਸੀਂ ਸਾਰੇ ਕਲਾਕਾਰ ਇੱਕਜੁੱਟ ਹੋ ਕੇ ਲੋਕਾਈ ਦੇ ਨਾਲ ਖੜ੍ਹੇ ਹਾਂ, ਸਿਰਫ ਕਿਸਾਨਾਂ ਨਾਲ ਨਹੀਂ, ਕਿਉਂਕਿ ਲੋਕਾਈ ਦੇ ਵਿੱਚ ਉਹ ਮਜ਼ਦੂਰ ਵੀ ਆਉਂਦੇ ਆ ਜਿਨ੍ਹਾਂ ਦੀਆਂ ਛਾਮਲਾਟ ਜ਼ਮੀਨਾਂ ਦਾ ਮਸਲੇ ਵੀ ਨੇ, ਉਹ ਸਾਰੀ ਲੋਕਾਈ ਜਿਹੜੀ ਸਾਡੇ ਨਾਲ ਹੈ, ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਰਲ ਮਿਲ ਕੇ ਇਸ ਮਸਲੇ 'ਤੇ ਲੜਾਂਗੇ। ਬਾਈ ਜੀ, ਕਿਸਾਨੀ ਦੀ ਗੱਲ ਤਾਂ ਹਰ ਕੋਈ ਕਰ ਰਿਹਾ ਕਿ ਕਿਸਾਨ ਇਹਦੇ ਨਾਲ ਮਰ ਰਿਹਾ, ਤੁਸੀਂ ਗੱਲ ਕਰਦੇ ਹੋ ਕਿ ਮਜ਼ਦੂਰ ਆਮ ਜਿਹੜਾ ਗਰੀਬ ਵਰਗ ਆ ਉਹ ਵੀ ਪਿਸ ਰਿਹਾ, ਉਹ ਕਿਵੇਂ ਪਿਸ ਰਿਹਾ? ਦੇਖੋ, ਸਾਡੀ ਜਿਹੜੀ ਹਰੀ ਕ੍ਰਾਂਤੀ ਆਉਂਦੀ ਹੈ ਨਾ, ਉਹ ਕੀ ਕਰਦੀ ਹੈ, ਸਾਨੂੰ ਕਮਰਸ਼ੀਅਲ ਖੇਤੀ ਦਾ ਮਾਡਲ ਦਿੰਦੀ ਹੈ ਵੀ ਤੁਸੀਂ ਇਹਦੇ 'ਚੋਂ ਮੁਨਾਫਾ ਲੈਣਾ। ਉਹ ਮੁਨਾਫੇ ਦੇ ਚੱਕਰ 'ਚ ਅਸੀਂ ਜ਼ਿਮੀਦਾਰ ਕੀ ਕਰਦੇ ਹੈਗੇ ਹਾਂ ਵੀ ਪਹਿਲਾਂ ਤਾਂ ਸਾਡੇ ਹੁੰਦਾ ਸੀ ਵੀ ਖੁੱਲ੍ਹੇ ਖੇਤ ਨੇ, ਵਿੱਚ ਰੁੱਖ ਵੀ ਨੇ, ਕਿਤੇ ਕੁਛ ਖੜਿਆ ਕਿਤੇ, ਕਿਉਂਕਿ ਉਹਦੇ ਨਾਲ ਕੀ ਹੁੰਦਾ ਸੀ ਅਸੀਂ ਗੁਜ਼ਾਰਾ ਹੀ ਚਲਾਉਣਾ ਸੀ, ਘਰ ਦੇ ਲਈ ਬਾਜਰਾ ਮੱਕੀ ਕਣਕ ਹੁੰਦੀ ਸੀ। ਫਿਰ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਵੀ ਤੁਹਾਨੂੰ ਮੁਨਾਫਾ ਚਾਹੀਦਾ ਹੈ, ਦੇਸ਼ ਨੂੰ ਅਨਾਜ ਦੀ ਲੋੜ ਹੈ, ਕਣਕ ਚਾਹੀਦੀ, ਭੰਡਾਰ ਭਰਨੇ ਚਾਹੀਦੇ ਹੈ, ਮੁਲਕ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਂਦਾ, ਤਾਂ ਕਿਸਾਨ ਨੇ ਪੂਰਾ ਹਿੱਕ ਡਾਹ ਕੇ ਕੰਮ ਕੀਤਾ। ਪਰ ਉਹਦੇ 'ਚ ਕੀ ਹੋਇਆ, ਜਦੋਂ ਉਹਨਾਂ ਨੇ ਸਾਨੂੰ ਜਿਹੜਾ ਮੁਨਾਫੇ ਵਾਲਾ ਕਲਚਰ ਦਿੱਤਾ, ਉਹ ਮੁਨਾਫੇ ਵਾਲੇ ਕਲਚਰ 'ਚ ਅਸੀਂ ਕੀ ਕੀਤਾ, ਜਿਹੜਾ ਪਹਿਲਾਂ ਤਾਂ ਸਾਨੂੰ ਮਜ਼ਦੂਰ ਦੀ ਲੋੜ ਹੁੰਦੀ ਸੀ, ਕੋਈ ਹੱਥੀਂ ਕਹੀਆਂ 'ਤੇ ਕੰਮ ਕਰਦਾ, ਜਦੋਂ ਮਸ਼ੀਨੀ ਆਈ ਹੌਲੀ ਹੌਲੀ ਮਜ਼ਦੂਰ ਉਸ ਕੰਮ 'ਚੋਂ ਬਾਹਰ ਹੋ ਗਿਆ। ਫਿਰ ਸਾਨੂੰ ਲੱਗਿਆ ਵੀ ਮਜ਼ਦੂਰਾਂ ਦੀ ਤਾਂ ਲੋੜ ਨਹੀਂ ਹੈਗੀ, ਇਹ ਸਾਡੇ ਖੇਤਾਂ 'ਚ ਸਾਡੀ ਬਰਬਾਦੀ ਕਰਦੇ ਆ, ਪੱਠੇ ਵੱਢਦੇ ਆ, ਰਾਊਂਡ ਅਪ ਸਪਰੇਅ ਕਰ ਦਿਓ, ਇਹ ਪਹੀਆਂ 'ਤੇ, ਇਹ ਫਿਰ ਰੁੱਖ ਖੜੇ ਆ, ਯਾਰ ਰੁੱਖ ਦੀ ਕੀ ਲੋੜ ਹੈਗੀ, ਅਸੀਂ ਤਾਂ ਘਰੋਂ ਮੋਟਰਸਾਈਕਲ 'ਤੇ ਆ ਜਾਣਾ, ਅਸੀਂ ਰੁੱਖ ਵੱਢਦੇ। ਮਤਲਬ ਸਾਡਾ ਵੀ ਕਸੂਰ ਹੈ, ਪਰ ਜਿਨ੍ਹਾਂ ਨੇ ਸਾਨੂੰ ਕਲਚਰ ਦਿੱਤਾ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਹੈਗਾ ਕਿ ਅਸੀਂ ਕਿਸੇ ਗਲਤ ਦਿਸ਼ਾ 'ਚ ਜਾ ਰਹੇ ਹਾਂ। ਅੱਜ ਅਸੀਂ ਮੋਨੋਕਲਚਰ ਦਾ ਸ਼ਿਕਾਰ ਹਾਂ ਕਿ ਸਾਡੇ ਕੋਲ ਸਿਰਫ ਦੋ ਹੀ ਫਸਲਾਂ ਨੇ, ਇਸ ਤੋਂ ਇਲਾਵਾ ਜਦੋਂ ਕਿ ਗੰਨਾ ਸੀ ਪੰਜਾਬ 'ਚ, ਮਿਲਣਾ ਸੀ ਉਹ ਮਿਲਣਾ ਬੰਦ ਕਰਾ ਦਿੱਤੀਆਂ ਗਈਆਂ ਤਾਂ ਕਿ ਮੁਨਾਫਾ ਵੰਡਿਆ ਜਾ ਸਕੇ ਆਪਸ 'ਚ। ਅਤੇ ਉਹ ਜਿਹੜਾ ਇੱਥੇ ਫਲ ਫਰੂਟ, ਫਲ ਕਿੰਨੇ ਹੁੰਦੇ ਸੀ, ਇੱਥੇ ਜੜੀ ਬੂਟੀਆਂ ਸੀ, ਤੁਸੀਂ ਹੁਣ ਵੀ ਦੇਖੋ ਇੱਥੇ ਬਹੁਤ ਸਾਰੇ ਲੋਕ ਜਿਹੜੀ ਜੜੀ ਬੂਟੀਆਂ ਵੀ ਬੀਜਦੇ ਆ, ਔਰਗੈਨਿਕ ਖੇਤੀ ਵੀ ਕਰਦੇ ਹੈਗੇ ਆ, ਪਰ ਉਹ ਐਵੇਂ ਨਹੀਂ ਸੰਭਵ ਜਦੋਂ ਸਰਕਾਰ ਚਾਹੂਗੀ ਉਹ ਪ੍ਰੋਪਰ ਸਪੋਰਟ ਮਿਲੂਗੀ, ਜਿਵੇਂ ਇਹਨਾਂ ਨੇ ਮੋਟਰਾਂ ਦਿੱਤੀਆਂ ਮਿੰਟ 'ਚ ਹੀ, ਕਿਉਂਕਿ ਇਹਨਾਂ ਨੂੰ ਸਪੋਰਟ ਕਰਦਾ, ਇਸ ਕਲਚਰ ਨੂੰ ਸਪੋਰਟ ਕਰਦੀਆਂ ਨੇ ਮੋਟਰਾਂ, ਉਹਨਾਂ ਲੱਗਦਾ ਵੋਟਾਂ ਵੀ ਪੈਣਗੀਆਂ, ਪਰ ਜਦੋਂ ਇਹ ਇਸ ਚੀਜ਼ ਨੂੰ ਸਪੋਰਟ ਕਰਨਗੇ ਕਿ ਇੱਥੇ ਬਦਲਵੀਂ ਖੇਤੀ ਹੋਵੇ, ਅਸੀਂ ਸਪੋਰਟ ਕਰਾਂਗੇ, ਕੁਝ ਲੋਕ ਵਿਰੋਧ ਵੀ ਕਰਨਗੇ, ਪਰ ਕਿਉਂਕਿ ਉਹਦੇ ਨਾਲ ਇਹਨਾਂ ਦਾ ਟਮਟਮਾ ਨਹੀਂ ਚੱਲਣਾ, ਉਹ ਕੰਪਨੀਆਂ ਦਾ ਜਿਹੜਾ ਮੁਨਾਫਾ ਕਿਵੇਂ ਆਊਗਾ ਜੇ ਲੋਕ ਆਪਸ 'ਚ ਹੀ ਸਾਰਾ ਕੁਝ ਠੀਕ ਠਾਕ ਕਰਨ ਲੱਗੇ, ਆਪੇ ਹੀ ਬਿਨਾਂ ਰੇਹਾਂ ਸਪਰੇਹਾਂ ਵਾਲੀ ਖੇਤੀ ਕਰਨ ਲੱਗੇ। ਇਸ ਮਾਡਲ ਨੂੰ ਸਰਕਾਰ ਵੀ ਨਹੀਂ ਚਾਹੁੰਦੀ, ਕਿਉਂਕਿ ਉਹਦੇ 'ਚ ਮੁਨਾਫਾ ਨਹੀਂ ਹੈਗਾ, ਵੋਟਾਂ ਨਹੀਂ ਹੈਗੀਆਂ, ਉਹ ਵੀ ਨਹੀਂ ਚਾਹੁੰਦੇ ਹੈਗੇ। ਇਸ ਕਰਕੇ ਜਿਹੜਾ ਕਲਚਰ ਹੈ ਜਿਹਦੇ 'ਚ ਮਜ਼ਦੂਰ ਖਾਰਜ ਹੋ ਗਿਆ, ਜਦੋਂ ਅਸੀਂ ਉਸ ਕਰਕੇ ਉਹ ਕੀ ਕਰੇ ਹੁਣ, ਪੰਚਾਇਤੀ ਜ਼ਮੀਨ ਮੰਗੂਗਾ, ਫਿਰ ਕੀ ਹੋ ਗਿਆ, ਇੱਕ ਪੋਲੀਟੀਕਲ ਪਾੜਾ ਪੈਦਾ ਕਰ ਦਿੱਤਾ ਗਿਆ ਵੀ ਇਹ ਪੰਚਾਇਤੀ ਜ਼ਮੀਨ ਮੰਗਦੇ ਆ, ਕੱਲ੍ਹ ਨੂੰ ਹੋਰ ਜ਼ਮੀਨਾਂ ਵੀ ਮੰਗਣਗੇ, ਤਾਂ ਅਸੀਂ ਲੋਕ ਹੀ, ਕਿਰਤੀ ਲੋਕ ਹੀ, ਜ਼ਿਮੀਂਦਾਰ ਲੋਕ ਹੀ, ਅਸੀਂ ਉਹਨਾਂ ਦੇ ਖਿਲਾਫ ਖੜੇ ਹੋ ਗਏ। ਬਾਈ ਜੀ, ਗੱਲਾਂ ਬਹੁਤ ਡੂੰਘੀਆਂ ਕਰ ਰਹੇ ਹੋ, ਅਸੀਂ ਕਹਿੰਦੇ ਕਿ ਬਿਨਾਂ ਮੋਟਰ ਤੋਂ ਖੇਤੀ ਕਰ ਲਾਂਗੇ, ਕਿ ਉਹ ਪੋਸੀਬਲ ਅੱਜ ਦੇ ਟਾਈਮ 'ਚ ਜੇ ਟੈਕਨੀਕ ਤੋਂ ਬਿਨਾਂ? ਮੈਂ ਇਹ ਨਹੀਂ ਕਹਿੰਦਾ ਕਿ ਮੋਟਰ ਪਾਣੀ ਦੀ ਜ਼ਰੂਰਤ ਹੈ,
ਰਾਜਸਥਾਨ ਨੂੰ ਹੋਰ ਮਸਲੇ ਖੜੇ ਹੋਏ ਆ, ਪਾਣੀ ਨੂੰ ਰਾਹ 'ਚ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਹ ਕੀ ਹੈ ਕਿ ਪਾਣੀ ਹੈਗਾ ਪੰਜਾਬ ਕੋਲ, ਜੇ ਨਹਿਰੀ ਪਾਣੀ ਸਾਰਾ ਪੰਜਾਬ ਨੂੰ ਮਿਲੇ ਤਾਂ ਖੇਤੀ ਹੁੰਦੀ ਹੈ, ਔਰ ਜੇ ਆਪਾਂ ਧਰਤੀ ਦਾ ਪਾਣੀ ਰੀਸਾਈਕਲ ਕਰਦੇ ਹਾਂ, ਕਿਉਂਕਿ ਝੋਨਾ ਲਾਉਣ ਨਾਲ ਕੀ ਹੁੰਦਾ ਕਿ ਅਸੀਂ ਕੱਦੂ ਕਰ ਦਿੰਦੇ ਹਾਂ, ਉਹਦੇ ਨਾਲ ਕੀ ਹੁੰਦਾ ਕਿ ਧਰਤੀ ਹੇਠਾਂ ਪਾਣੀ ਨਹੀਂ ਜਾਂਦਾ। ਜਿਹੜੇ ਹੜ੍ਹ ਆਉਂਦੇ ਕਿਉਂ ਹੁੰਦੇ, ਜਦੋਂ ਦੂਸਰੀ ਖੇਤੀ ਕਰਦੇ ਹਾਂ ਜਿਹੜਾ ਪਾਣੀ ਧਰਤੀ 'ਚ ਜਾਂਦਾ, ਧਰਤੀ ਵਾਲਾ ਪਾਣੀ ਅਸੀਂ ਕੱਢ ਲੈਂਦੇ ਹਾਂ। ਜਦੋਂ ਜਿਹੜੀ ਹੈਗੀ ਸੀ ਇੰਨੇ ਹੱਦ ਤੱਕ ਸਾਰਾ ਕੁਝ ਦੇ ਦਿੰਦਾ ਵੀ ਆਹ ਲਓ ਚੱਕੋ ਪਾਣੀ ਕੱਢੋ, ਚੱਕੋ ਇਹ ਕਰਕੇ ਕੱਢੋ, ਕਿਉਂ? ਕਿਉਂਕਿ ਜੇ ਅਸੀਂ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਤਾਂ ਪਾਣੀ ਦੀ ਲੋੜ ਆ, ਉਹ ਕਹਿਣਗੇ ਨਹਿਰੀ ਪਾਣੀ ਸਾਨੂੰ ਦੇ ਦਿਓ, ਨਹਿਰੀ ਪਾਣੀ ਅਸੀਂ ਦੇਣਾ ਨਹੀਂ ਚਾਹੁੰਦੇ, ਉਹਦਾ ਅਸੀਂ ਜਿਹੜਾ ਹੈਗਾ ਸੀ ਉਹ ਪਾਣੀ ਖੋਣਾ ਚਾਹੁੰਦੇ ਹਾਂ ਪੰਜਾਬ ਦਾ, ਠੀਕ ਹੈ। ਤਾਂ ਕਰਕੇ ਇਹ ਸਾਰੀ ਰਾਜਨੀਤੀ ਹੈ ਜਿਹੜੀ ਸਾਡੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਈ ਫਿਰਦੀ ਹੈ, ਕੁਛ ਲੋਕ ਸਮਝ ਜਾਣ। ਇਹਦੇ ਨਾਲ ਹੀ ਬਾਈ ਜੀ ਥੋੜ੍ਹਾ ਜਿਹਾ ਕੁਛ ਨੇ ਅੱਜ ਦੇ ਥੋੜ੍ਹੇ ਮਤਲਬ ਤੋਂ ਨਾ ਹਟ ਕੇ, ਕੇਂਦਰ ਸਰਕਾਰ ਨੇ ਇੱਕ ਨਾ ਬਜਟ 'ਚ ਲਿਆਉਂਦਾ ਜੀਰੋ ਬਜਟ ਖੇਤੀ, ਸ਼ਾਇਦ ਯਾਦ ਤੁਹਾਡੇ ਮਤਲਬ ਲੱਗਦਾ ਕਿ ਉਹ ਪੋਸੀਬਲ ਆ, ਕਿਉਂਕਿ ਕਿਸਾਨ ਦੇ ਹਾਲਾਤ ਤਾਂ ਫਿਰ ਵੀ ਮਾੜੇ ਆ। ਤੁਸੀਂ ਗੱਲ ਕਿਸਾਨੀ ਦੇ ਨਾਲ ਨਾਲ ਉਹਨਾਂ ਮਜ਼ਦੂਰਾਂ ਦੀ ਵੀ ਕਰ ਰਹੇ ਹੋ ਜੋ ਖੇਤ 'ਚ ਕੰਮ ਕਰਦੇ, ਖੇਤ ਤੋਂ ਬਾਹਰ ਕੰਮ ਕਰਦੇ ਉਹਨਾਂ ਮਜ਼ਦੂਰਾਂ ਦੀ ਵੀ ਕਰਦੇ ਹੋ, ਕਿ ਉਹ ਕਿੰਨੀ ਕੁ ਪੋਸੀਬਲ? ਦੇਖੋ ਗੱਲ ਕਹਿਣੀ, ਸਰਕਾਰ ਨੇ ਪਹਿਲਾਂ ਬਹੁਤ ਕੁਛ ਕਿਹਾ ਹੈ, ਕਿਹਾ ਬਹੁਤ ਕੁਛ ਹੈ, ਸੁਣਿਆ ਵੀ ਹੈ, ਲੋਕਾਂ ਨੇ ਤਾੜੀਆਂ ਵੀ ਮਾਰੀਆਂ ਨੇ, ਥਾਲੀਆਂ ਵੀ ਖੜਕਾਈਆਂ ਨੇ, ਪਰ ਉਹ ਥਾਲੀਆਂ ਖਾਲੀ ਨੇ। ਗੱਲ ਕਹਿਣੀ, ਜ਼ਮੀਨੀ ਪੱਧਰ 'ਤੇ ਲਾਗੂ ਲਿਆਉਣ ਲਈ ਸਰਕਾਰ ਕਿੰਨੀ ਕੁ ਸੀਰੀਅਸ ਹੈ, ਕਿੰਨੀ ਕੁ ਇਨਵੋਲਵਮੈਂਟ ਚਾਹੁੰਦੀ ਹੈ? ਉਹ ਤਾਂ ਚਾਹੁੰਦੀ ਹੈ ਵੀ ਜ਼ੀਰੋ ਬਜਟ ਖੇਤੀ ਦੀ ਕਿਹੜੀ ਗੱਲ ਕਰਦੇ ਹੋ, ਉਹ ਤਾਂ ਕਹਿੰਦੇ ਵੀ ਹੌਲੀ ਹੌਲੀ ਇਸ ਢੰਗ ਨਾਲ ਮਜਬੂਰ ਕਰੋ, ਫਸਲ ਜਦੋਂ ਬਾਹਰ ਰੁਲੂਗੀ 5 ਦਿਨ ਜਦੋਂ ਤਾਂ ਝੋਨਾ ਪਿਆ ਰਿਹਾ, ਉਹ ਕਹੂਗਾ ਬਾਈ ਯਾਰ ਮੇਰਾ ਝੋਨਾ ਖਰੀਦ ਲਓ, ਇਹ ਤਾਂ ਗਿਆ, ਇਹ ਤਾਂ ਉੱਗ ਪਊਗਾ, ਉੱਤੋਂ ਮੀਂਹ ਪੈਣ ਵਾਲਾ, ਤਾਂ ਉਹ ਵਪਾਰੀ ਆਊਗਾ ਕਹਿੰਦਾ ਚੱਕਣਾ ਵੀਰੇ ਯਾਰ 800 ਦਾ ਦੇ ਦੇ, ਉਹ ਕਹੂਗਾ ਯਾਰ ਮੈਨੂੰ ਮੇਰਾ ਘਰ ਪੂਰਾ ਹੋਵੇ, ਆਹ ਚੱਕ 800 'ਚ ਚੱਕ। ਜਦੋਂ 800 ਚੱਕੂਗਾ ਬਾਅਦ 'ਚੋਂ ਕਹਿਣਗੇ ਵੀ ਜ਼ਮੀਨ ਦੇਖ ਯਾਰ ਊਂ ਤਾਂ ਤੇਰਾ ਕੁਛ ਬਚਦਾ ਨਹੀਂ, ਸਾਨੂੰ ਦੇ ਦੇ 40,000 ਨੂੰ ਠੇਕੇ 'ਤੇ, ਉਹ ਕਹੂਗਾ ਚੱਕੋ 10 ਸਾਲ ਲਈ ਜ਼ਮੀਨ ਚੱਕੋ, ਠੀਕ ਹੈ। ਇਹ ਗੱਪ ਨੇ ਜ਼ੀਰੋ ਬਜਟ ਖੇਤੀ, ਉਹ ਚਾਹੁੰਦੇ ਆ ਕਿ ਇਸ ਜ਼ਮੀਨ ਇਹਨਾਂ ਤੋਂ ਲੈ ਲਓ, ਕਿਉਂਕਿ ਸਾਡਾ ਰੁਜ਼ਗਾਰ ਲੈ ਲਿਆ, ਸਾਡੀਆਂ ਰੇਲਾਂ ਲੈ ਲਈਆਂ, ਸਾਡੀਆਂ ਕੰਪਨੀਆਂ ਲੈ ਲਈਆਂ, ਸਾਡੇ ਸਾਰੇ ਅਦਾਰੇ ਲੈ ਲਏ, ਇੱਕੋ ਚੀਜ਼ ਲਾਸਟ ਕੀ ਬਚੀ ਹੈ? ਇੱਕ ਤਾਂ ਜੰਗਲ, ਠੀਕ ਹੈ, ਜਿਹਦੇ 'ਚ ਬਛਿੰਦੇ ਰਹਿੰਦੇ ਆ, ਦੂਜਾ ਕੀ ਹੈ? ਜ਼ਮੀਨ। ਇਹ ਅਖੀਰਲੀ ਚੀਜ਼ ਬਚੀ ਹੈ ਜਿਹੜੀ ਸਾਡੇ ਤੋਂ ਉਹਨਾਂ ਨੇ ਲੈਣੀ ਹੈ, ਉਹਦੀ ਤਿਆਰੀ ਹੈ, ਇਹ ਸਮਝਣ ਵਾਲੀ ਗੱਲ ਹੈ। ਇਹਦੇ ਨਾਲ ਤੁਸੀਂ ਰੰਗਮੰਚ ਦੇ ਕਲਾਕਾਰ ਹੋ, ਜੇ ਸਿੰਗਰਾਂ ਦੀ ਅਸੀਂ ਗੱਲ ਕਰੀਏ ਤਾਂ ਉਹ ਟੀ ਵੀ 'ਤੇ ਆਉਂਦੇ ਨੇ, ਰੰਗਮੰਚ ਦਾ ਇੱਕ ਕਲਾਕਾਰ ਹੁੰਦਾ ਆਡੀਅੰਸ ਨਾਲ ਸਿੱਧਾ ਜੁੜਿਆ ਹੁੰਦਾ, ਰਾਬਤਾ ਉਹਦਾ ਆਡੀਅੰਸ ਨਾਲ ਸਿੱਧਾ ਕਾਇਮ ਹੁੰਦਾ, ਫਿਰ ਤੁਸੀਂ ਇਸ ਮਸਲੇ ਨੂੰ ਕਿਵੇਂ ਲੈ ਕੇ ਜਾਓਗੇ? ਕੋਈ ਖਾਕਾ ਕੋਈ ਖਰੜਾ ਤਿਆਰ ਕੀਤਾ? ਹਾਂ, ਮੈਂ ਨਾਟਕ ਕਰ ਰਿਹਾ, ਨਾਟਕ ਕਰ ਰਿਹਾ ਪੋਲੀਟੀਕਲ ਮਰਡਰ, ਕਿ ਜਿਹੜਾ ਸਾਨੂੰ ਐਂ ਲੱਗਦਾ ਕਿ ਪੰਜਾਬ 'ਚ ਕੈਂਸਰ ਹੈ, ਜਿਹੜਾ ਸਾਨੂੰ ਐਂ ਲੱਗਦਾ ਹੈ ਕਿ ਇਹ ਨਸ਼ਾ ਹੋ ਰਿਹਾ, ਨੌਜਵਾਨੀ ਕਿਸੇ ਪਾਸੇ ਜਾ ਰਹੀ ਹੈ, ਜਿਹੜਾ ਸਾਨੂੰ ਐਂ ਲੱਗਦਾ ਕਿ ਪੰਜਾਬ ਦੇ ਜਿਹੜੇ ਕਿਸਾਨ ਜੇ ਬਹੁਤ ਜ਼ਿਆਦਾ ਖਰਚਾ ਕਰਦੇ ਆ ਜੀ ਤਾਂ ਕਰਕੇ, ਮੈਨੂੰ ਇਹ ਲੱਗਦਾ ਵੀ ਦਿਸ ਇਜ਼ ਪੋਲੀਟੀਕਲ ਮਰਡਰ, ਸਾਰੀ ਰਾਜਨੀਤੀ ਮਿਲ ਕੇ ਇੱਕ ਮੁਨਾਫੇ ਖਾਤਰ ਆਪਣੇ ਦੇਸ਼ ਦੇ ਲੋਕਾਂ ਦੀ ਬਲੀ ਦੇ ਰਹੀ ਹੈ। ਰਾਜਨੀਤੀ ਮਰਡਰ ਦੀ ਗੱਲ ਹੋ ਰਹੀ ਹੈ ਨਾ, ਪਰ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਤਾਂ ਕਿਸਾਨਾਂ ਦੇ ਹੱਕ 'ਚ ਵੀ ਖੜੀਆਂ ਨੇ, ਬੀਜੇਪੀ ਤੋਂ ਛੁੱਟ ਕੇ ਕਿੰਨਾ ਕੁ ਜਾਇਜ਼ ਮੰਨ? ਵੈਸੇ ਗੱਲ ਕਹਿਣ ਦੀ ਲੋੜ ਨਹੀਂ, ਸਾਰਿਆਂ ਨੂੰ ਪਤਾ ਵੀ ਸਿਆਸੀ ਪਾਰਟੀ ਜਿਹੜੀ ਹੈਗੀ ਉਹਦੇ ਪਿੱਛੇ ਝੰਡਾ ਹੈ, ਉਹਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਮੁੱਦਾ ਕੀ ਹੈ ਉਹਨੂੰ ਮਤਲਬ ਹੈ ਕਿ ਮੇਰਾ ਝੰਡਾ ਨਜ਼ਰ ਆਉਣਾ ਚਾਹੀਦਾ, ਕਿ ਮੇਰਾ ਜਿਹੜਾ ਛਾਪ ਹੈ ਨਾ, ਜਿਹੜਾ ਉਹ ਚੋਣ ਨਿਸ਼ਾਨ ਲੋਕਾਂ ਦੇ ਦਿਮਾਗ 'ਚ ਛਪ ਜੇ, ਅਤੇ ਕੱਲ੍ਹ ਨੂੰ ਉਹ ਜਦੋਂ ਮੈਂ ਵੋਟਾਂ ਲੈਣ ਜਾਵਾਂ ਉਹਨਾਂ ਨੂੰ ਪਤਾ ਹੋਵੇ ਇਹ ਚੋਣ ਨਿਸ਼ਾਨ ਕਿੱਥੇ ਦੇਖਿਆ ਸੀ, ਉਹ ਕਿਸਾਨ ਯੂਨੀਅਨ ਉੱਥੇ ਧਰਨੇ 'ਚ ਦੇਖਿਆ ਸੀ, ਠੀਕ ਹੈ, ਉਹਨਾਂ ਨੂੰ ਲੱਗੇ ਵੀ ਹਾਂ ਯਾਰ ਇਹ ਸਾਡੇ ਹੱਕ 'ਚ ਨੇ, ਠੀਕ ਹੈ। ਉਹ ਸਾਡੀਆਂ ਰਾਜਨੀਤਿਕ ਪਾਰਟੀਆਂ ਕਿੰਨੀਆਂ ਕੁ ਕਿਸਾਨਾਂ ਲਈ ਖੜੀਆਂ ਨੇ, ਫਿਰ ਕਿਉਂ ਸਾਡਾ ਕਿਸਾਨ ਖੁਦਕੁਸ਼ੀ ਕਰਦਾ ਅੱਜ, ਜਦੋਂ ਦੇਸ਼ ਆਜ਼ਾਦ ਹੋ ਗਿਆ ਸੀ ਤਾਂ ਸੋਚ ਸਕਦੇ ਸੀ ਨਾ ਸਾਡੇ ਲਈ ਇਹ? ਜਾਂਦੇ ਜਾਂਦੇ ਸਿੰਗਰ ਇਕੱਠੇ ਹੋਏ, ਪਰ ਉਹਨਾਂ 'ਚ ਵੀ ਕਿਤੇ ਨਾ ਕਿਤੇ ਵਖਰੇਵਾਂ ਆ ਗਿਆ, ਦੋ ਧੜੇ ਬਣ ਗਏ, ਤੁਸੀਂ ਰੰਗਮੰਚ ਦੇ ਕਲਾਕਾਰ ਹੋ, ਲੋਕਾਂ ਨੂੰ ਸਮਝਦੇ ਹੋ, ਲੋਕਾਂ ਦੀ ਭਾਵਨਾ ਸਿੱਧੀ ਸਮਝਦੇ ਹੋ, ਕਿਸਾਨਾਂ ਨਾਲ ਖੜੇ ਹੋ, ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਜੋ ਰੰਗਮੰਚ ਦੇ ਕਲਾਕਾਰ ਨੇ ਏਕਾ ਹੋ ਸਕਣਗੇ ਲਾਸਟ? ਹਾਂ, ਰੰਗਮੰਚ ਪੰਜਾਬ ਦਾ, ਰੰਗਮੰਚ ਦਾ ਇਤਿਹਾਸ ਹੈ, ਗੁਰਸ਼ਰਨ ਸਿੰਘ ਦਾ ਨਾਮ ਹੈ, ਅੱਜ ਲੋਕ ਜੇ ਡਰਾਮੇ ਨੂੰ ਜਾਣਦੇ ਆ, ਨਾਟਕ ਨੂੰ ਜਾਣਦੇ ਆ, ਲੋਕ ਕਹਿੰਦੇ ਡਰਾਮੇ ਵਾਲੇ ਆ ਗਏ, ਉਹਨਾਂ ਨੂੰ ਇਹ ਪਤਾ ਵੀ ਇੱਥੇ ਪਹਿਲਾਂ ਕਿ ਬੁੜਾ ਆਇਆ ਕਰਦਾ ਸੀ, ਉਹ ਬੁੜਾ ਹੀ ਕਹਿੰਦੇ ਆ ਵੀ ਇੱਕ ਬੰਦਾ ਜਿਹਾ ਆਉਂਦਾ ਹੁੰਦਾ ਸੀ, ਉਹ ਜਿਹੜਾ ਪੰਜਾਬ ਦਾ ਨਾਟਕ ਜਿਹੜਾ ਰੰਗਮੰਚ ਚੱਲਿਆ ਨਾ, ਉਹ ਰੰਗਮੰਚ ਉਹਦਾ ਪਲੀਟ ਪੋਲੀਟਿਕਸ ਨਾਲ ਹੀ ਸੰਬੰਧ ਰਿਹਾ ਹੈ, ਉਹ ਰਾਜਨੀਤੀ ਨਾਲ, ਸਮਾਜ ਦੇ ਵਿੱਚ ਜਿਹੜੇ ਬੁਰੇ ਅਨਸਰ ਨੇ ਉਹਨਾਂ ਦੇ ਖਿਲਾਫ ਲੜਿਆ, ਨਾਟਕ ਕੀਤੇ ਹੈ, ਇਹ ਮਤਲਬ ਇਹ ਗੁਰਸ਼ਰਨ ਭਾਅ ਜੀ ਦਾ ਕਲਚਰ ਹੈ ਇਹ ਪੰਜਾਬ 'ਚ ਰੰਗਮੰਚ ਦਾ। ਅਤੇ ਅਸੀਂ ਚਾਹੇ ਥੋਟ ਆਪੋ ਆਪਣੇ ਹੋ ਸਕਦੇ ਆ, ਕੋਈ ਲਿਬਰਲ ਪੋਲਿਸੀ ਦੇ ਕਿਸੇ, ਪਰ ਜਦੋਂ ਇਹ ਗੱਲ ਆਉਂਦੀ ਹੈ ਹੱਕ ਦੀ, ਲੜਨ ਦੀ, ਲੋਕਾਂ ਦੀ, ਤਾਂ ਫਿਰ ਖੜ੍ਹੇ ਹੋ ਜਾਂਦੇ ਆ, ਨਾਟਕ ਕਰਦੇ ਆ। ਹੁਣ ਵੀ ਤੁਸੀਂ ਦੇਖੋ ਨਾਟਕ ਮੰਡਲੀਆਂ ਕਿਹੜੇ, ਮਤਲਬ ਹਰ ਥਾਂ ਦੇ, ਅੱਜ ਵੀ ਜਿੰਨੇ ਧਰਨੇ ਲੱਗ ਰਹੇ ਆ, ਥਾਂ ਥਾਂ 'ਤੇ ਨਾਟਕ ਮੰਡਲੀਆਂ ਪਹੁੰਚੀਆਂ ਹੋਈਆਂ ਨੇ। ਅਤੇ ਮਤਲਬ ਹੁਣ ਵੀ ਮੈਂ ਕਹਿੰਦਾ ਕਲਾਕਾਰਾਂ ਨੂੰ ਕਿ ਭਰਾਵੋ, ਇਹ ਜ਼ਮੀਨ ਦਾ ਮਸਲਾ ਹੈ, ਜ਼ਮੀਨ ਜਿੱਥੋਂ ਅਸੀਂ ਪਾਣੀ ਲੈਂਦੇ ਹਾਂ, ਜਿੱਥੋਂ ਸਾਡਾ ਅੰਨ ਉੱਗਦਾ ਹੈ, ਜ਼ਮੀਨ ਜਿਹਦੇ 'ਚ ਰੁੱਖ ਹੋ ਕੇ ਪਰਿੰਦੇ ਸਾਨੂੰ ਚਹਿਕਦੇ ਆ, ਉਸੇ ਰੁੱਖ ਕਰਕੇ ਉਸ ਦੀ ਧਰਤੀ ਹੇਠ ਪਾਣੀ ਹੈ, ਉਹ ਸਾਰੇ ਦਾ ਮਸਲਾ ਹੈ, ਉਹਦੇ 'ਚ ਕਲਚਰ ਦਾ ਮਸਲਾ ਹੈਗਾ। ਆਪਾਂ ਸਿਰਫ ਆਪਦੇ ਝੰਡੇ, ਆਪਦੀ ਇਮੇਜ,
ਗੱਲ ਕਿਸਾਨੀ ਦੇ ਨਾਲ ਨਾਲ ਸਾਡੇ ਸੱਭਿਆਚਾਰ, ਸਾਡੀ ਜ਼ਮੀਨ, ਸਾਡੀ ਬੋਲੀ ਅਤੇ ਆਮ ਉਹ ਲੋਕਾਂ ਦੀ, ਉਹ ਕਿਰਤੀ ਲੋਕਾਂ ਦੀ ਵੀ ਕਰਦੇ ਨੇ ਜਿਨ੍ਹਾਂ ਨੂੰ ਇਸ ਕਾਨੂੰਨ ਨਾਲ ਢਾਹ ਲੱਗ ਸਕਦੀ ਹੈ। ਚੰਡੀਗੜ੍ਹ ਤੋਂ ਕੈਮਰਾ ਪਰਸਨ ਆਕਾਸ਼ਦੀਪ ਦੇ ਨਾਲ ਰਵੀ ਜਾਖੂ।